ਸਤਿ ਸ਼੍ਰੀ ਅਕਾਲ ਕਿਸਾਨ ਭਰਾਓ, ਅੱਜ ਪਹੁੰਚ ਕੇ ਅਸੀਂ ਅਭੀ ਰਣੈ ਅਤੇ ਅੰਕਲ ਜੀ ਦਾ ਬੋਰ ਕਰਾਉਣਾ ਸੀ ਅਤੇ ਆਪਾਂ ਸਮਾਨ ਲੈਣ ਆਏ ਸਾਂ। ਅੰਕਲ ਕਹਿੰਦੇ ਸਮਾਜ ਤੁਹਾਨੂੰ ਵਿਖਾਉਂਦੇ ਹਾਂ। ਚਲੋ ਜੀ, 36 ਲੈ ਕੇ ਆਏ ਹਾਂ ਮੈਂ ਅਤੇ ਉਹ ਸੋਨਾ ਲਿਖਾ ਲੈ ਕੇ ਅੰਕਲ। ਆਹ ਵੇਖ ਸਕਦੇ ਕਿਵੇਂ ਪੈਪ ਲੱਗਦੇ। ਤਿੰਨ ਸਿਲੰਡਰ ਇੰਜਨ ਹੈ ਮਸ਼ੀਨ ਦਾ। ਆਪਾਂ ਲੈ ਚੱਲ ਲੱਗੇ ਹਾਂ ਸੋਨਾ ਲੀਕਾ ਅਤੇ ਭਾਈ ਜੀ ਆਪਾਂ ਅੱਜ ਦਾ ਦੂਜਾ ਦਿਨ ਹੈ ਬਲੋਕ ਦਾ ਅਤੇ ਆਪਾਂ ਪਹੁੰਚ ਗਏ ਹਾਂ ਦੁਬਾਰਾ ਪੈਪ ਲੈਣ ਅਤੇ ਇੱਕ ਇੱਕ ਗੇੜਾ ਅਸੀਂ ਲਾ ਛੱਡਿਆ। ਅੰਕਲ ਪਹਿਲਾਂ ਆ ਗਿਆ ਸੀ ਅਤੇ ਆਪਾਂ ਹੋਲਡ ਲੈ ਕੇ ਆਏ ਹਾਂ ਅਤੇ ਆਹ ਵੇਖ ਸਕਦੇ ਹੋ ਟਰਾਲੀ ਇਹ ਭਰ ਦਿੱਤੀ ਹੈ ਸੋਨਾ ਲੀਕਾ ਦੀ। ਇਹ ਮੈਂ ਹੁਣ ਛੱਡ ਕੇ ਆਉਂਦਾ ਅਤੇ ਫਿਰ ਆਪਾਂ ਮਸ਼ੀਨ ਲੈ ਕੇ ਇੰਨਾ ਚਿਰ ਟਰਾਲੀ ਭਰਾਉਂਦੇ ਹਾਂ। ਆਪਾਂ ਉਹ ਸੋਨਾ ਲੀਕਾ ਲੈ ਕੇ ਚੱਲ ਰਹੇ ਹਾਂ ਅਤੇ ਲਓ ਜੀ ਆਪਾਂ ਬਹਿ ਗਏ ਹਾਂ ਸੋਨਾ ਲੀਕਾ 'ਤੇ। ਆ ਵੇਖਣ ਦੀ ਟਰਾਲੀ ਫੁੱਲ ਹੈ ਅਤੇ ਉਹ 36 ਲੱਗ ਗਿਆ ਹੈ ਟਰਾਲੀ ਭਰੀਤੀ। ਆਪਾਂ ਚੱਲਦੇ ਹਾਂ ਹੁਣ ਮੱਛੀ ਦੇਸ਼ 'ਤੇ ਕੰਮ ਪਰੋਲਾ ਜੀ। ਆਪਾਂ ਪਹੁੰਚ ਗਏ ਹਾਂ ਘਰ ਅੰਕਲ ਦੇ, ਸ਼ਾਮ ਦਾ ਟਾਈਮ ਹੋ ਗਿਆ ਅਤੇ ਆਹ ਵੇਖ ਸਕਦੇ 36 ਖਲੋਤਾ ਸਪੈਸ਼ਲ ਐਡੀਸ਼ਨ ਅਤੇ ਤਿਆਰੀ ਹੋ ਚੁੱਕੀ ਹੈਗਾ ਖਾਣੇ ਸਾਨੂੰ। ਅਤੇ ਆਹ ਵੇਖੋ ਬੋਰ ਦੇ ਪੈਪ ਪੂਪ ਖੜ੍ਹੇ ਕਰ ਛੜੇ ਮਸ਼ੀਨ ਦੇ ਅਤੇ ਆਹ ਸੋਨਾ ਲੀਕਾ ਖੜ੍ਹੇ ਆਪਣੇ ਕਨੇਡਾ ਵਾਲੀ ਚਾਚੀ ਸਾਡੀ ਅਤੇ ਆਹ ਕਨੇਡਾ ਵਾਲੀ ਚਾਚੀ ਖਲੋਤੀ ਹੈ ਬੈਠੀ ਹੈ ਅਤੇ ਆ ਜੋ ਤੁਹਾਨੂੰ ਵਿਖਾਉਂਦੇ ਹਾਂ। ਬਸ ਪੈਪ ਦੀ ਤਿਆਰੀ ਹੈ, ਪ੍ਰਸ਼ਾਦ ਪ੍ਰਸ਼ੂਦ ਵੜ ਛੱਡਿਆ ਅੰਕਲ ਨੇ ਅਤੇ ਠੰਡਾ ਠੁੰਡਾ ਸਾਰਿਆਂ ਨੇ ਪੀ ਲਿਆ। ਵੇਖ ਸਕਦੇ ਆ ਖੜਿਆ ਅਤੇ ਦੇਖੋ ਬਸ ਤਿਆਰੀ ਹੈ ਬਸ ਹੋਰ ਦੀ। ਆਹ ਫੋਰਮੈਨ ਮਸ਼ੀਨ ਵਾਲਾ ਦਾ ਲਓ ਜੀ ਬੋਰ ਦੀ ਤਿਆਰੀ ਹੋ ਗਈ ਹੈ ਅਤੇ ਲਓ ਬੋਕੀ ਮਾਰਨ ਲੱਗੇ ਹਾਂ ਅਤੇ ਆਹ ਵੇਖ ਸਕਦੇ ਕਿਵੇਂ ਆਹ ਬੋਰਮੈਨ ਖੜ੍ਹੇ ਆ। ਲਓ ਜੀ ਭਰਾਓ ਆਹ ਵੇਖੋ ਬੋਕੀ ਬੋਰ ਦੀ ਤਿਆਰੀ ਹੈ ਜਾਂ ਵੇਖੋ ਪੈਪ ਨੂੰ ਦੇਖੋ ਬੋਰ ਹੁੰਦੇ
ਹੁੰਦੇ ਆ ਆਹ ਮਿਸਤਰੀ ਬੜਾ ਖੁਸ਼ ਹੈ ਵੇਖੋ ਗਣ ਚੱਲਦਾ ਪਿਆ ਪੂਰੀ ਜ਼ੋਰ ਜ਼ੋਰ ਨਾਲ ਬੋਰ ਹੋਣ ਲੱਗ ਪਿਆ ਤਿਆਰੀ ਵੇਖੋ ਕਿੰਨਾ